ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਕਣਕੀਆਂ ਵਾਲੇ ਦਾ ਖਿਆਲ ਆਈ ਜਾਂਦਾ ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਹੈ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਹੈ। ਖਿਆਲ ਕਰਕੇ ਦੇਖਿਓ ਦੋਸਤੋ, ਕਦੇ ਸੰਗਤ ਜੀ ਖਿਆਲ ਵੀ ਕੀਤਾ ਆਪਾਂ ਕਦੇ ਨਹੀਂ ਕੀਤਾ, ਲਾਈਨ ਸੁਣ ਲੈਂਦੇ ਹਾਂ ਆਪਾਂ ਖਿਆਲ ਨਹੀਂ ਕਰਦੇ। ਖਿਆਲ ਕਰਕੇ ਦੇਖੋ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਜਦੋਂ ਅੱਜ ਤੋਂ 300 ਸਾਲ ਪਹਿਲਾਂ ਦਾ ਟਾਈਮ ਹੋ ਚੁੱਕਿਆ, ਅਨੰਦਪੁਰ ਸਾਹਿਬ ਦਾ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਆਪਣੇ ਪਰਿਵਾਰ ਸਮੇਤ। ਆਹੀ ਦਿਨ ਸੀਗੇ, ਠੰਡ ਪੈਂਦੀ ਸੀ ਪੂਰੀ, ਠੰਡ 'ਤੇ ਗੱਲ ਕਰਦਾ ਵੀ ਠੰਡ ਅੱਜ ਦੀ ਡੇਟ ਦੇ ਵਿੱਚ ਕਿੰਨੀ ਠੰਡ ਹੈਗੀ ਆ। ਅੱਜ ਤੋਂ ਮੈਂ ਆਪਣੇ ਜੀਵਨ 'ਚ ਦੇਖਿਆ ਹੋਇਆ, 40 ਸਾਲ ਪਹਿਲਾਂ ਠੰਡ ਬਹੁਤ ਪੈਂਦੀ ਹੁੰਦੀ ਸੀ ਕਿਉਂਕਿ ਉਦੋਂ ਫੈਕਟਰੀਆਂ ਨਹੀਂ ਸੀਗੀਆਂ ਪੰਜਾਬ ਦੇ ਵਿੱਚ, ਉਦੋਂ ਏ ਸੀ ਨਹੀਂ ਚੱਲਦੇ ਸਾਡੇ, ਉਦੋਂ ਗੱਡੀਆਂ ਨਹੀਂ ਇੰਨਾ ਧੂੰਆਂ ਛੱਡਦੀਆਂ ਸੀਗੀਆਂ, ਉਦੋਂ ਬਹੁਤ ਠੰਡ ਹੁੰਦੀ ਸੀਗੀ। ਤੁਸੀਂ ਹਿਸਾਬ ਲਾ ਲਓ ਵੀ 300 ਸਾਲ ਪਿੱਛੇ ਚਲੇ ਜਾਈਏ ਤਾਂ ਕਿੰਨੀ ਠੰਡ ਹੋਊਗੀ। ਉਸ ਠੰਡ ਦੇ ਵਿੱਚ ਅਸੀਂ ਜੇ ਇੱਕ ਪਰਿਵਾਰ ਨੇ ਇੱਕ ਕਮਰਾ ਕਿਰਾਏ 'ਤੇ ਲਿਆ ਹੋਵੇ ਜਾਂ ਦੋ ਕਮਰੇ ਕਿਰਾਏ 'ਤੇ ਲਿਆ ਹੋਣ ਜਾਂ ਘਰ ਮਕਾਨ ਕਿਰਾਏ 'ਤੇ ਲਿਆ ਹੋਵੇ, ਛੱਡ ਕੇ ਜਾਣਾ ਹੋਵੇ ਤਾਂ ਸਾਨੂੰ ਕਿੰਨਾ ਕੁਛ ਸਮਾਨ ਚੱਕਣਾ ਪੈਂਦਾ ਉੱਥੋਂ। ਪੂਰੇ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡਣਾ ਪਿਆ ਸੀ ਕਿਲ੍ਹਾ, ਔਰ ਪਹਾੜੀ ਰਾਜਿਆਂ ਨੇ ਝੂਠੀਆਂ ਸਹੁੰਆਂ ਖਾ ਕੇ ਛੁਡਵਾਇਆ ਸੀ, ਫਿਰ ਉੱਧਰੋਂ ਕਿਲ੍ਹਾ ਛੱਡ ਦਿੱਤਾ। ਠੰਡ ਪੈਂਦੀ ਦੇ ਵਿੱਚ ਛੋਟੇ ਛੋਟੇ ਬੱਚੇ, ਸਾਹਿਬਜ਼ਾਦੇ, ਮਾਤਾ ਗੁਜਰੀ, ਗੁਰੂ ਕੇ ਮਹਿਲ, ਗੁਰੂ ਜੀ ਆਪ ਇੰਨੀਆਂ ਸੰਗਤਾਂ ਲੈ ਕੇ ਜਦੋਂ ਜਾ ਰਹੇ ਨੇ ਰੋਪੜ ਵੱਲ ਨੂੰ, ਸਰਸਾ ਨਦੀ ਦੇ ਉੱਤੇ ਆ ਗਏ, ਅੱਗੇ ਉੱਪਰੋਂ ਮੀਂਹ ਪੈ ਰਿਹਾ, ਸਰਸਾ ਨਦੀ ਵਗ ਰਹੀ ਹੈ, ਹੜ੍ਹ ਆਇਆ ਹੈ ਉਹਦੇ ਵਿੱਚ, ਪਿੱਛੋਂ ਹਮਲਾ ਬੋਲ ਦਿੱਤਾ ਰਾਜਿਆਂ ਨੇ, ਕੀ ਪੋਜੀਸ਼ਨ ਹੋਊਗੀ, ਕੀ ਖਿਆਲ ਹੈ ਉਹਦਾ, ਉਹਦੇ ਬਾਰੇ ਖਿਆਲ ਕਰੋ। ਉਸ ਟਾਈਮ ਜੰਗ ਲੜੀ, ਪਰਿਵਾਰ ਵਿਛੜ ਗਿਆ, ਗੁਰੂ ਗੋਬਿੰਦ ਸਿੰਘ ਜੀ ਨਾਲ ਵੱਡੇ ਸਾਹਿਬਜ਼ਾਦੇ ਦੋਨੋਂ ਆ ਗਏ, ਮਾਤਾ ਗੁਜਰੀ ਜੀ ਲੱਗ ਚਲੇ ਗਏ, ਗੁਰੂ ਕੇ ਮਹਿਲ ਲੱਗ ਹੋ ਗਏ। ਵਗਦੀ ਸਰਸਾ ਨਦੀ ਦੇ ਵਿੱਚ ਅਨੇਕਾਂ ਸਿੰਘ ਰੁੜ ਗਏ, ਸਾਰਾ ਸਮਾਨ, ਸੋਨਾ, ਗਹਿਣੇ ਜੋ ਵੀ ਸੀਗਾ ਉਹ ਸਰੋ ਸਾਰਾ ਰੁੜ ਗਿਆ। ਸਿਰਫ 40 ਸਿੰਘ ਬੱਚੇ ਸੀਗੇ ਜਿਹੜੇ ਚਮਕੌਰ ਦੀ ਗੜੀ 'ਚ ਆ ਗਏ, ਨਾਲੇ ਵੱਡੇ ਸਾਹਿਬਜ਼ਾਦੇ, ਨਾਲੇ ਗੁਰੂ ਗੋਬਿੰਦ ਸਿੰਘ ਜੀ, ਨਾਲੇ 40 ਸਿੰਘ ਚਮਕੌਰ ਦੀ ਗੜੀ 'ਚ ਆ ਗਏ। ਉੱਥੇ ਫਿਰ ਹਮਲਾ ਕਰ ਦਿੱਤਾ ਉਹਨਾਂ ਨੇ, ਪਿੱਛੋਂ ਹੀ ਆ ਰਹੇ ਸੀ ਹਮਲਾ ਕਰਦੇ। ਹਮਲਾ ਕਰਨ 'ਤੇ ਉਹ ਠੰਡੀਆਂ ਰਾਤਾਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੇ ਨਾਲ ਜਾ ਰਹੇ ਨੇ, ਗੰਗੂ ਬਾਪੀ ਉਹਨੂੰ ਆਪਣੇ ਘਰ ਲੈ ਗਿਆ। ਜੋ ਉਹਨੇ ਕੀਤਾ ਤੁਹਾਨੂੰ ਪਤਾ ਹੀ ਆ, ਚਮਕੌਰ ਦੀ ਗੜੀ ਦੇ ਵਿੱਚ ਅੰਦਰ ਐਸਾ ਬਾਪ ਜਿਹੜਾ ਆਪਣੇ ਬੱਚਿਆਂ ਨੂੰ ਜੰਗ ਦੇ ਮੈਦਾਨ ਨੂੰ ਤੋਰ ਰਿਹਾ, ਉਹਨੂੰ ਪਤਾ ਇਹਨਾਂ ਨੇ ਸ਼ਹੀਦ ਹੋ ਜਾਣਾ, ਫਿਰ ਵੀ ਤੋਰ ਰਿਹਾ ਨਾ ਸਾਡੇ। ਅਸੀਂ ਸੋਚ ਕੇ ਦੇਖਿਓ, ਜਰਾ ਖਿਆਲ ਕਰਕੇ ਦੇਖਿਓ, ਸਾਡੇ ਬੱਚੇ ਸੂਈ ਲੱਗ ਜਾਵੇ ਨਾ, ਬੱਚੇ ਨੂੰ ਸੂਈ ਲੱਗ ਜਾਵੇ, ਸਾਰਾ ਪਰਿਵਾਰ ਟੈਨਸ਼ਨ 'ਚ ਆ ਜਾਂਦਾ। ਰਜਾਈਆਂ, ਠੰਡ ਦੀ ਗੱਲ ਕਰਦਾ ਸੀ, ਰਜਾਈਆਂ ਅੱਜ ਅਸੀਂ ਬੱਚੇ ਨੂੰ ਆਪਣੇ ਰਜਾਈ ਦੇ ਵਿੱਚ ਭੇਜਦੇ ਹਾਂ, ਠੰਡ ਲੱਗ ਜਾਵੇ, ਮਾੜੀ ਠੰਡ ਆ ਜਾਏ ਰਜਾਈ ਦੇ ਉਹਦੇ ਥੱਲਿਓਂ ਇਨਰ ਪਾਇਆ ਹੁੰਦਾ, ਉੱਪਰੋਂ ਸ਼ਰਟ ਪਾਈ ਹੁੰਦੀ ਹੈ, ਉੱਪਰੋਂ ਸਵੈਟਰ ਪਾਇਆ ਹੁੰਦਾ, ਉੱਪਰੋਂ ਜੈਕਟ ਪਾਈ ਹੁੰਦੀ ਹੈ, ਤਾਂ ਵੀ ਸਾਨੂੰ ਠੰਡ ਲੱਗਦੀ ਹੈ। ਨਹੀਂ ਅੱਜ ਤੋਂ 300 ਸਾਲ ਪਹਿਲਾਂ ਠੰਡ ਕਿੰਨੀ ਹੋਊਗੀ। ਛੋਟੇ ਸਾਹਿਬਜ਼ਾਦੇ ਬਿਨਾਂ ਕਿਸੇ ਸਵੈਟਰ 'ਤੇ, ਬਿਨਾਂ ਕਿਸੇ ਦਾਦੀ ਮਾਂ ਨਾਲ ਤੁਰੇ ਜਾ ਰਹੇ ਹੈ। ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋ ਗਏ ਉੱਥੇ ਚਮਕੌਰ ਦੀ ਗੜੀ 'ਚ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਨਹੀਂ ਹੈਗਾ ਗੁਰੂ ਕੇ ਮਹਿਲ ਕਿੱਥੇ ਚਲੇ ਗਏ, ਦਿੱਲੀ ਵੱਲ ਨੂੰ ਚਲੇ ਗਏ, ਦਾਦੀ ਮਾਂ ਸਰਹੰਦ ਵੱਲ ਨੂੰ ਚਲੇ ਗਏ। ਉਸ ਟਾਈਮ ਮੋਬਾਈਲ ਨਹੀਂ ਹੁੰਦੇ ਸੀਗੇ, ਫੋਨ ਨਹੀਂ ਹੁੰਦਾ ਸੀਗਾ ਵੀ ਗੁਰੂ ਗੋਬਿੰਦ ਸਿੰਘ ਨੇ ਪੁੱਛ ਲਿਆ ਹੋਊਗਾ ਫੋਨ ਕਰਕੇ ਵੀ ਕਿੱਥੇ ਹੋ ਤੁਸੀਂ, ਅੱਜ ਸਾਡੀ ਵਾਈਫ 2 ਮਿੰਟ ਲਈ ਫੋਨ ਉਹਦਾ ਡੈੱਡ ਹੋ ਜਾਏ, ਫੋਨ ਉਹਦਾ ਕਹਿੰਦਾ ਮਤਲਬ ਉਹਦੀ ਐਵਰੇਜ ਖਤਮ ਹੋ ਜਾਏ, ਫੋਨ ਬੰਦ ਹੋ ਜਾਏ ਸਾਡੇ ਬੱਚਿਆਂ ਦਾ। ਬੱਚਾ ਗੁੜੀਆ ਕਾਲਜ ਗਈ ਆ, ਮੁੰਡਾ ਕਾਲਜ ਗਿਆ, ਉਹਦਾ ਫੋਨ ਬੰਦ ਹੋ ਜਾਏ ਜਾਂ ਫੋਨ ਨਾ ਚੱਕੇ, ਸਾਨੂੰ ਟੈਨਸ਼ਨ 'ਚ ਆ, ਸਾਰਾ ਟੱਬਰ ਟੈਨਸ਼ਨ 'ਚ ਆ ਜਾਂਦਾ। ਉਦੋਂ ਮੋਬਾਈਲ ਨਹੀਂ ਹੁੰਦੇ ਸੀਗੇ,
कोई पता नहीं सी गुरु गोबिंद सिंह जी नूं वी बच्चे किधर गए छोटे दादी माँ किधर गई गुरु के महल कित किधर गए सिर्फ दो साहबजादे नाल सीगे ना फिर चमकौर दी गढ़ी दे विच शहीद होंदे आ उह सिख नाल शहीद होंदे आ उत्थों निकलदे आ निकल के ताड़ी मार के निकलदे आ ते माछीवाड़े आ के परमात्मा का फिर शुक्र करदे आ उह कदे ख्याल करके देखियो दोस्तों लाइन सुन लैनी बहुत वधिया लाइन बहुत 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 सिख कौम दे विच बहुत वधिया कहने का मतलब इतिहास भरिया पिया कहीं आप ख्याल करके देखिए जिमें जिमें नेड़े नेड़े सियाल आई जाता है कलगियां वाले का कलगियां वाले के परिवार का कलगियां वाले की माता का कलगियां वाले के पिता का कलगियां वाले के बच्चों का एक बार रोंगटे खड़े हो जाते हैं याद करके देखियो संगत जी सिर्फ पांच मिनट दी गेम है पांच मिनट देखियो ला के अपनी पिक्चर मूहरे सोच के देखियो कितों चलिया गुरु गोबिंद सिंह जी कितने पहुँचे आ आनंदपुर साहब तो चले आ माछीवाड़े तक का सफर ही सिर्फ तय करके देख लियो सिर्फ पिक्चर मूहरे ट्रेलर ही देखियो अपनी अखा के सामने रोंगटे खड़े होंगे रोंगटे ख्याल करके देखियो कदे छोटे बच्चों का गंगू बापी नाल लै गया सरहंद पेश करता मुगलों उरे तीन दिन तीन रातां ठंडा बुरज अज सानू माड़ी जी ठंड लगती है असी रजाई च बढ़ जाने असी कमरे बंद कर लें असी हीटर ला लें ठंडे बुरज कैद किया छोटे छोटे बच्चों नू औरंगजेब ने रजाई नहीं दिती होनी उन्होंने और जिन्हें दुध पिलाया उसका परिवार ही खत्म करता छोटे साहबजादे चढ़दी कला च फिर भी नीह च चिड़न का नीह च चिड़न का आर्डर करता घबराए नहीं छे साल की उम्र है अठ साल की उम्र है अच्छा 12-13 साल का बच्चा जो बाहर कि माँ तो बिछड़ जाए ना मेले च गया हो 10-12 साल का मुंडा भी वो भी रोन लग पैंदा घबरा जांदा वो दादी माँ ने सिखाया सी उन्होंने दस्या सी उन्होंने बच्चों घबराए हो ना तुसीं उन्हां करके अज असीं रजाइयां माण रहे हैं उन्हां करके साडे कोल एसी लगे हुए आ साडे कोल गीजर लगे हुए आ साडे कोल नहाउण वास्ते गीजर लगे साडे कोल हीटर लगे हुए आ उन्हां दी कुर्बानियां ख्याल करके देखियो ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ।